ਜੇ ਤੁਸੀਂ ਕਿਸੇ ਵੀ ਸਟਰੀਮ 'ਚ ਕਿਸੇ ਵੀ ਸਬਜੈਕਟ ਕੰਬੀਨੇਸ਼ਨ ਦੇ ਨਾਲ ਬੈਚਲਰਸ ਡਿਗਰੀ ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ ਔਰ ਤੁਸੀਂ ਟੀਚਿੰਗ ਨੂੰ ਐਜ਼ ਅ ਕੈਰੀਅਰ ਆਪਸ਼ਨ ਐਜ਼ ਅ profession ਲੈਣਾ ਚਾਹਦੇ ਹੋ ਤਾਂ ਉਹਦੇ ਲਈ ਤੁਹਾਨੂੰ ਵੋਕੇਸ਼ਨਲ ਡਿਗਰੀ ਯਾਨੀ ਕਿ ਬੀਐਡ ਕਰਨੀ ਜ਼ਰੂਰੀ ਹੁੰਦੀ ਹੈ ਸਾਲ 2022 ਦੇ ਲਈ ਪੰਜਾਬ ਬੀਐਡ ਐਂਟ੍ਰਾਂਸ ਐਗਜ਼ਾਮੀਨੇਸ਼ਨ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਜੇ ਤੁਸੀਂ ਬੀਐਡ ਕਰਨ ਦੇ ਚਾਹਵਨ ਹੋ ਤਾਂ ਤੁਸੀਂ ਇਸ ਲਈ ਅਪਲਾਈ ਕਰ ਸਕਦੇ ਹੋ ਇਸ ਸਾਲ ਪੰਜਾਬ ਬੀਐਡ ਐਂਟ੍ਰਾਂਸ ਇਗਜ਼ਾਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਲਿਆ ਜਾ ਰਿਹਾ ਹੈ ਤੇ ਇਹ ਟੈਸਟ ਬੀਐਡ ਕਾਮਨ ਐਂਟ੍ਰਾਂਸ ਟੈਸਟ ਐਂਡ ਸੈਂਟਰਲਾਈਜ਼ਡ ਕਾਉਂਸਲਿੰਗ 2022 ਸਕੀਮ ਦੇ ਤਹਿਤ ਲਿਆ ਜਾਏਗਾ ਇਸ ਟੈਸਟ ਦੀ ਰਜਿਸਟ੍ਰੇਸ਼ਨ ਦੇ ਲਈ ਲਾਸਟ ਡੇਟ ਜਿਹੜੀ ਹੈ ਬਿਨਾਂ ਕਿਸੇ ਲੇਟ ਫੀਸ ਦੇ ਉਹ ਹੈ 20 ਜੁਲਾਈ ਅਪ ਟੂ 1 ਪੀਐਮ ਤੇ 1500 ਰੁਪਏ ਲੇਟ ਫੀ ਦੇ ਨਾਲ ਰਜਿਸਟ੍ਰੇਸ਼ਨ ਦੀ ਲਾਸਟ ਡੇਟ 26 ਜੁਲਾਈ 2022 ਹੈ ਡੇਟ ਆਫ ਐਂਟ੍ਰਾਂਸ ਇਗਜ਼ਾਮ 31 ਜੁਲਾਈ ਆ ਯਾਨੀ ਕਿ 31 ਜੁਲਾਈ 2022 ਨੂੰ ਬੀਐਡ ਐਂਟ੍ਰਾਂਸ ਟੈਸਟ ਪੰਜਾਬ ਵਿੱਚ ਹੋਣ ਜਾ ਰਿਹਾ ਹੈ ਇਸ ਸਬੰਧੀ ਡੀਪੀਆਈ ਹਾਇਰ ਐਜੂਕੇਸ਼ਨ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਇਸ ਕੋਮਨ ਐਂਟ੍ਰਾਂਸ ਟੈਸਟ ਐਂਡ ਸੈਂਟਰਲਾਈਜ਼ਡ ਕਾਉਂਸਲਿੰਗ ਦੇ ਬਾਰੇ ਜ਼ਿਕਰ ਕੀਤਾ ਗਿਆ ਹੈ ਤੇ ਨਾਲ ਹੀ ਨੈਸ਼ਨਲ ਕਾਉਂਸਲ ਫਾਰ ਟੀਚਰ ਐਜੂਕੇਸ਼ਨ ਯਾਨੀ ਕਿ ਐਨਸੀਟੀਈ ਵੱਲੋਂ ਵੱਖ-ਵੱਖ ਕਾਲਜਸ ਵਿੱਚ ਕਿੰਨੀਆਂ ਜੜੀਆਂ ਸੀਟਸ ਅਵੇਲੇਬਲ ਨੇ ਜਾਂ ਗ੍ਰਾਂਟ ਕੀਤੀਆਂ ਗਈਆਂ ਨੇ ਉਹਨਾਂ ਦੀ ਲਿਸਟ ਵੀ ਜਾਰੀ ਕੀਤੀ ਗਈ ਹੈ। ਐਲੀਜੀਬਿਲਿਟੀ ਕੀ ਹੈ? ਘੱਟੋ-ਘੱਟ 50% ਮਾਰਕਸ ਹੋਣੇ ਚਾਹੀਦੇ ਨੇ ਬੈਚਲਰਸ ਡਿਗਰੀ 'ਚ ਯਾਨੀ ਕਿ ਗ੍ਰੈਜੂਏਸ਼ਨ ਡਿਗਰੀ 'ਚ ਇਨਕਲੂਡਿੰਗ ਗ੍ਰੈਜੂਏਸ਼ਨ ਡਿਗਰੀ ਇਨ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਐਸਸੀ ਬੀਸੀ ਕੈਟਾਗਰੀਜ਼ ਦੇ ਬੱਚਿਆਂ ਲਈ 45% ਮਾਰਕਸ ਜ਼ਰੂਰੀ ਨੇ। ਮਾਸਟਰਸ ਡਿਗਰੀ ਵਿੱਚ ਵੀ 50% ਮਾਰਕਸ ਦੀ ਕੰਡੀਸ਼ਨ ਰੱਖੀ ਗਈ ਹੈ ਐਸੀਬੀਸੀ ਸਟੂਡੈਂਟਸ ਲਈ 45% ਮਾਰਕਸ ਦੀ ਕੰਡੀਸ਼ਨ ਉਹ ਵਿਦਿਆਰਥੀ ਜਿਨ੍ਹਾਂ ਦਾ ਗ੍ਰੈਜੂਏਸ਼ਨ ਦਾ ਰਿਜ਼ਲਟ ਜਿਹੜਾ ਹੈ ਉਹ ਹਾਲੇ ਡਿਕਲੇਅਰ ਨਹੀਂ ਹੋਇਆ ਉਹ ਵੀ ਪ੍ਰੋਵੀਜ਼ਨਲੀ ਇਸ ਕਾਮਨ ਐਂਟ੍ਰਾਂਸ ਟੈਸਟ ਲਈ ਅਪੀਅਰ ਕਰ ਸਕਦੇ ਨੇ ਤੇ ਜੇ ਕਿਸੇ ਵਿਦਿਆਰਥੀ ਦਾ ਜਿਹੜਾ ਰਿਜ਼ਲਟ ਹੈ ਉਹ ਲੇਟ ਹੈ ਜਾਂ ਰੀਇਵੈਲੂਏਸ਼ਨ ਜਾਂ ਕੰਪਾਰਟਮੈਂਟ ਕੇਸ ਹੈ ਤਾਂ ਉਹ ਵੀ ਇਸ ਟੈਸਟ ਦੇ ਲਈ ਅਪਲਾਈ ਕਰ ਸਕਦੇ ਨੇ ਲੇਕਿਨ ਫਾਈਨਲ ਕਾਉਂਸਲਿੰਗ ਤੋਂ ਪਹਿਲਾਂ ਜੇ ਉਹਨਾਂ ਦਾ ਰੀਵੈਲਿਊਏਸ਼ਨ ਜਾਂ ਕੰਪਾਰਟਮੈਂਟ ਦਾ ਰਿਜ਼ਲਟ ਆ ਜਾਂਦਾ ਹੈ ਫਿਰ ਹੀ ਉਹਨਾਂ ਨੂੰ ਸੀਟ ਅਲਾਟਮੈਂਟ ਲਈ ਕਨਸੀਡਰ ਕੀਤਾ ਜਾਏਗਾ ਪੰਜਾਬ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਨਾਲ ਅਫੀਲੀਏਟਿਡ ਕਾਲਜੇਜ਼ ਵਿੱਚ ਏਬੀਐਡ ਕੋਰਸਿਸ ਆਫਰ ਕੀਤੇ ਜਾ ਰਹੇ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਅਫੀਲੀਏਟਿਡ 61 ਕਾਲਜੇਜ਼ ਬੀਐਡ ਆਫਰ ਕਰ ਰਹੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਲ ਅਫੀਲੀਏਟਿਡ 51 ਕਾਲਜੇਜ਼ ਵਿੱਚ بی ایڈ ਦੀਆਂ ਸੀਟਸ अवेलेबल ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਅਫੀਲੀਏਟਡ 99 ਕਾਲਜਸ ਵਿੱਚ بی ایڈ ਕੋਰਸਿਸ ਸ਼ੁਰੂ ਹੋਣ ਜਾ ਰਹੇ ਨੇ ਜੇ ਤੁਸੀਂ ਕਾਲਜ ਵਾਈਜ਼ ਨੰਬਰ ਆਫ ਅ ਸੈਂਕਸ਼ਨਡ ਸੀਟਸ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਲਿਸਟ ਦੇਖ ਸਕਦੇ ਹੋ ਜਿੱਦਾਂ ਕਿ ਇੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਅਫੀਲੀਏਟਡ ਕਾਲਜਸ ਦੇ ਨਾਮ ਦਿੱਤੇ ਨੇ ਤੇ ਨਾਲੇ ਹਰੇਕ ਕਾਲਜ ਵਿੱਚ ਕਿੰਨੀਆਂ-ਕਿੰਨੀਆਂ ਸੀਟਸ ਸੈਂਕਸ਼ਨਡ ਨੇ ਉਹਦੀ ਡਿਟੇਲ ਦਿੱਤੀ ਹੈ ਸੋ ਟੋਟਲ 61 ਕਾਲਜ ਜਿਹੜੇ ਨੇ ਨਾ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਅਫੀਲੀਏਟਡ ਇਸ ਕੋਰਸ ਨੂੰ ਆਫਰ ਕਰ ਰਹੇ ਨੇ ਅਗੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਅਫੀਲੀਏਟਡ ਕਾਲਜਿਸ ਜਿਹੜੇ ਨੇ ਉਹਨਾਂ ਦੀ ਲਿਸਟ ਸ਼ੁਰੂ ਹੋ ਗਈ ਹੈ ਤੇ ਨਾਲ ਹੀ ਇੱਧਰ ਉਹਨਾਂ ਦੀਆਂ ਸੈਂਕਸ਼ਨਡ ਸੀਟਸ ਦੇ ਨੰਬਰ ਦਿੱਤੇ ਨੇ ਸੋ ਤੁਸੀਂ ਆਪਣੇ ਏਰੀਆ ਦੇ ਅਕੋਰਡਿੰਗਲੀ ਕਿਹੜੇ ਕਾਲਜਿਸ ਤੁਹਾਨੂੰ ਸੂਟ ਕਰਦੇ ਨੇ ਉਹ ਦੇਖ ਸਕਦੇ ਹੋ ਤੇ ਨਾਲ ਇਹ ਵੀ ਦੇਖ ਸਕਦੇ ਹੋ ਵੀ ਕਿਹੜੇ ਕਾਲਜਿਸ ਵਿੱਚ ਕਿੰਨੀਆਂ ਸੀਟਸ ਅਵੇਲੇਬਲ ਨੇ ਜਾਂ ਸੈਂਕਸ਼ਨਡ ਨੇ ਗੁਰੂ ਨਾਨਕ ਦੇਵ ਜਿ ਯੂਨੀਵਰਸਿਟੀ ਅੰਮ੍ਰਿਤਸਰ ਦੇ ਨਾਲ ਅਫੀਲੀਏਟਡ ਕਾਲਜਿਸ ਦੀ ਲਿਸਟ ਤੋਂ ਸਟਾਰਟ ਹੋ ਰਹੀ ਹੈ ਤੇ ਆ ਨੰਬਰ ਆਫ ਸੈਂਕਸ਼ਨ ਸੀਟਸ ਜਿਹੜੀਆਂ ਨੇ ਦਿੱਤੀਆਂ ਨੇ ਸੋ 51 ਕਾਲਜਿਸ ਜਿਹੜੇ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਅਫੀਲੀਏਟਡ ਨੇ ਉਹਨਾਂ ਵਿੱਚ ਏ ਬੀਐਡ ਕੋਰਸਿਸ ਜਿਹੜੇ ਨੇ ਇਹ ਸ਼ੁਰੂ ਹੋਣ ਜਾ ਰਹੇ ਨੇ ਸੋ ਟਾਈਮਲੀ ਅਪਲਾਈ ਕਰੋ ਤੇ ਬੀਐਡ ਐਂਟਰੈਂਸ ਦੇ ਲਈ ਮਿਹਨਤ ਕਰਕੇ ਟੈਸਟ ਚ ਅਪੀਅਰ ਹੋਵੋ ਤੇ ਟੀਚਿੰਗ ਨੂੰ ਐਜ਼ ਅ profession ਔਰ ਐਜ਼ ਅ ਕੈਰੀਅਰ ਆਪਸ਼ਨ ਲੈ ਕੇ ਤਰੱਕੀ ਦੀ ਰਾਹ ਤੇ ਚਲੋ ਵਿਸ਼ ਯੂ ਆਲ ਦਾ ਬੈਸਟ For your future, thank you so much.